ਅੱਜ ਸਾਡੀ ਬੇਟੀ ਰਮਨਪ੍ਰੀਤ ਕੌਰ ਜੋ ਗੋਲਡ ਮੈਡਲ ਲੈ ਕੇ ਆਈ ਆ ਔਰ ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ, ਮੈਂ ਸਾਰੇ ਪਰਿਵਾਰ ਨੂੰ ਸਾਰੇ ਨਗਰ ਵੱਲੋਂ ਵਧਾਈ ਦਿੰਦਾ ਔਰ ਬੇਨਤੀ ਕਰਦਾ ਸਰਕਾਰ ਤੱਕ ਵੀ ਕਿ ਸਰਕਾਰ ਹੁਣ ਇਸ ਬੱਚੀ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖੇ ਔਰ ਕੋਈ ਨਾ ਕੋਈ ਇਹਨੂੰ ਸਹੂਲਤ ਸਰਕਾਰ ਵੱਲੋਂ ਮਿਲਣੀ ਚਾਹੀਦੀ ਆ ਔਰ ਇਸੇ ਤਰ੍ਹਾਂ ਨੌਜਵਾਨਾਂ ਦਾ ਜਿਹੜਾ ਉਤਸ਼ਾਹ ਉਹ ਵੱਧਦਾ ਜੇ ਸਰਕਾਰ ਇਹਨੂੰ ਕੋਈ ਸਹੂਲਤ ਦੇਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੱਚੇ ਇਹ ਤੋਂ ਪ੍ਰੇਰਣਾ ਲੈ ਕੇ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ ਕਿ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਲੜਕੀ ਨੇ ਜੋ ਐਡਾ ਵਧੀਆ ਉਪਰਾਲਾ ਇੰਨੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੀ ਆ। ਹੁਣ ਅਸੀਂ ਸਰਕਾਰ ਕੋਲੋਂ ਵੀ ਬੇਨਤੀ ਕਰਦੇ ਹਾਂ ਕਿ ਸਰਕਾਰ ਵੀ ਉਸਦੀ ਮਦਦ ਕਰੇ ਔਰ ਉਹ ਅੱਗੇ ਹੋਰ ਵੱਧ ਚੜ੍ਹ ਕੇ ਵਧੀਆ ਪ੍ਰਦਰਸ਼ਨ ਕਰਕੇ ਪਿੰਡ ਦਾ, ਆਪਣੇ ਜ਼ਿਲ੍ਹੇ ਦਾ ਔਰ ਪੰਜਾਬ ਦਾ, ਦੇਸ਼ ਦਾ ਨਾਂ ਰੋਸ਼ਨ ਕਰ ਸਕੇ। ਆਪਣੇ ਜਿੱਦਾਂ ਪੰਜਾਬ ਵਿੱਚ ਕੁਛ ਘੱਟ ਧਿਆਨ, ਜਿੱਦਾਂ ਆਪਾਂ ਹਰਿਆਣੇ ਵਾਲੇ ਪਾਸੇ ਦੇਖੀਏ ਅਤੇ ਬੱਚਿਆਂ ਦਾ ਬਹੁਤ ਮਾਣ ਸਨਮਾਨ ਹੁੰਦਾ ਅਤੇ ਜਿਹੜੀ ਆ ਨੌਕਰੀ ਦੀ ਪਹਿਲ ਮਿਲਦੀ ਹੈ ਜੀ। ਜਿੱਦਾਂ ਜਿਸ ਹਿਸਾਬ ਉਹਨਾਂ ਨੇ ਗੋਲਡ ਮੈਡਲ ਲਿਆ ਵਾ, ਇਹਦੇ ਤੌਰ 'ਤੇ ਜੇ ਬੀ ਏ ਕਰਦੀ ਆ, ਫਾਈਨਲ ਕਰਦੀ ਆ, ਤਾਂ ਉਹਦੇ ਨਾਲ ਨਾਲ ਤਾਂ ਘੱਟ ਤੋਂ ਘੱਟ ਡੀ ਐੱਸ ਪੀ ਜਿਹੜੀ ਪੰਜਾਬ ਪੁਲਿਸ ਦੀ ਬਣਦੀ ਆ। ਸਾਡੀ ਰਿਕੁਐਸਟ ਆ ਪੰਜਾਬ ਸਰਕਾਰ ਅੱਗੇ, ਪੰਜਾਬ ਵਿੱਚ ਸਹੂਲਤਾਂ ਹੈ ਨਹੀਂ ਗੀਆਂ, ਹਰਿਆਣੇ ਵਿੱਚ ਹੋਰ ਸਟੇਟਾਂ 'ਚ ਸਹੂਲਤਾਂ ਆਪਣੇ ਸਪੋਰਟਸਮੈਨਾਂ ਨੂੰ ਮਿਲਦੀਆਂ, ਇਹਨਾਂ ਨੂੰ ਮਿਲ ਨਹੀਂ ਰਹੀਆਂ। ਇਹ ਜੋ ਇਹ ਯੋਗਦਾਨ ਪਾਉਣਾ ਚਾਹੀਦਾ ਸਰਕਾਰ ਨੂੰ, ਸਰ ਸੋਚਣਾ ਚਾਹੀਦਾ। ਮੈਂ ਪੰਜਾਬੀ ਯੂਨੀਵਰਸਿਟੀ ਤੋਂ ਰੋਇੰਗ ਕਰਦੀ ਹਾਂ, ਜਿਹਦਾ ਸੈਂਟਰ ਸਾਡਾ ਚੰਡੀਗੜ੍ਹ 'ਚ ਆ। ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਵਾਲਿਆਂ ਨੇ ਆਲ ਇੰਡੀਆ ਯੂਨੀਵਰਸਿਟੀ ਕਰਵਾਈ, ਜਿਹਦੇ ਵਿੱਚੋਂ ਮੇਰਾ ਰੋਇੰਗ ਵਿੱਚੋਂ ਮੈਂ ਡਬਲਿੰਗ ਕਰਕੇ ਗੋਲਡ ਮੈਡਲ ਲਿਆ ਔਰ ਮੈਂ 500 ਮੀਟਰ 'ਚੋਂ ਬ੍ਰਾਂਜ ਮੈਡਲ ਲਿਆ। ਮੈਂ ਸਟਾਰਟਿੰਗ ਤੋਂ ਆਪਣੇ ਸਕੂਲਿੰਗ 'ਚੋਂ ਅਥਲੈਟਿਕਸ ਕਰਦੀ ਹੁੰਦੀ ਸੀ, ਉਸ ਤੋਂ ਬਾਅਦ ਸਾਡੀ ਇੱਥੇ ਗਰਾਊਂਡ ਆ ਘੁੰਮਣਾ ਅਤੇ ਹੋਕੀ ਦੀ, ਉੱਥੋਂ ਖੇਡ ਕੇ ਉਹਨਾਂ ਦੇ ਕਹਿਣ 'ਤੇ ਹੀ ਮਤਲਬ ਨਿਊਜ਼ ਪੇਪਰ 'ਤੇ ਐਡ ਆਇਆ, ਜਿੱਥੋਂ ਮੈਂ ਟਰਾਇਲ ਦੇਣ ਗਈ ਔਰ ਮੇਰੀ ਸਿਲੈਕਸ਼ਨ ਹੋ ਗਈ। ਸਾਡੀ ਟੀਮ ਮਤਲਬ ਸਾਡੀ ਟੀਮ ਤਾਂ ਕਾਫੀ ਵੱਡੀ ਆ ਔਰ ਕਮ ਸੇ ਕਮ 22 ਯੂਨੀਵਰਸਿਟੀਆਂ ਨੇ ਪਾਰਟੀਸਪੇਸ਼ਨ ਕੀਤਾ ਸੀ। ਮੈਂ ਪੰਜਾਬ ਸਰਕਾਰ ਨੂੰ ਬਸ ਇੰਨਾ ਮੈਸੇਜ ਦੇਣਾ ਚਾਹੁੰਦੀ ਹਾਂ, ਜੋ ਇਸ ਸਾਲ ਏਸ਼ੀਆ ਗੇਮਾਂ ਹੋਈਆਂ, ਕਾਫੀ ਬੱਚਿਆਂ ਨੇ ਹਰਿਆਣੇ ਵੱਲੋਂ ਖੇਡਿਆ, ਇਸ ਸਾਈਡ ਤੋਂ ਇਸ ਲਈ ਨਹੀਂ ਖੇਡੇ ਕਿਉਂਕਿ ਉਹ ਪੈਸੇ ਦੀ ਸਹੂਲਤ ਨਹੀਂ ਦਿੰਦੇ। ਸੋ ਮੈਂ ਚਾਹੁੰਦੀ ਹਾਂ ਅਗਰ ਉਹ ਵੀ ਇੰਨੀ ਪੈਸੇ ਦੀ ਸਹੂਲਤ ਦੇਵੇ ਤਾਂ ਸਾਡੇ ਹੀ ਪੰਜਾਬ ਦੇ ਲੋਕ ਜੋ ਹਰਿਆਣੇ 'ਚ ਖੇਡਦੇ ਆ ਉਹ ਹਰਿਆਣੇ ਨਾ ਖੇਡਣ ਔਰ ਪੰਜਾਬ ਵੱਲੋਂ ਹੀ ਖੇਡਣ। ਔਰ ਇਸ ਤੋਂ ਬਾਅਦ ਸਾਡੇ ਇੱਥੇ ਨੈਸ਼ਨਲ ਵੀ ਹੁੰਦੀ ਆ, ਸੀਨੀਅਰ ਨੈਸ਼ਨਲ, ਜਿਹਦੇ ਵਿੱਚ ਮੈਂ ਪਾਰਟੀਸਪੇਸ਼ਨ ਕਰੂੰਗੀ। ਫਿਲਹਾਲ ਮੇਰਾ ਸੁਪਨਾ ਅਤੇ ਮੇਰੇ ਦਾਦਾ ਜੀ ਦਾ DSP ਤੱਕ ਆ, ਮੈਂ ਚਾਹੁੰਦੀ ਮੈਂ ਬਹੁਤ ਜਲਦੀ DSP ਬਣਾ।